आप सब जी मेरा प्यार भर सत श्रीकाल मेरा नाम मनमीत सिंह है ते आज वारी जुड़के। तो अज एक बार फिर मैंने कल्याण एजुकेशन जुड़ के तहे एक नवं लैसन तैयार करद बहुत खुशी हो रही है अपने सफर जारी आओ फ्रेंच सीखीए अज आप सीखा लुफुचू लुफुचू जे तुम इंग्लिश भाषा जानते हो जो अंग्रेजी समझते हो तो जान चुके होवोंगे कि अज आप गल करों भविख की ਭਵਿਕ ਦਾ ਮਤਲਬ ਜ਼ਾਹਿਰ ਹੈ ਆਪਾਂ ਨੂੰ ਪਤਾ ਹੈ ਜੋ ਚੀਜ਼ ਹਲੇ ਨਹੀਂ ਹੋਈ ਹੈ ਜੋ ਘਟਨਾ ਅਜੇ ਤੱਕ ਨਹੀਂ ਘਟੀ ਹੈ ਪਰ ਕੱਲ ਘਟੇਗੀ ਜਾਂ ਅੱਗੇ ਕਦੇ ਜਾ ਕੇ ਘਟੇਗੀ ਉਸ ਗੱਲ ਨੂੰ ਆਪਾਂ ਕਹਿੰਦੇ ਆਂ ਭਵਿਕ ਜੋ ਅੱਜ ਤੋਂ ਬਾਅਦ ਆਏਗਾ ਸਾਰੇ ਕੁਝ ਉਹ ਭਵਿਕ ਹੈ ਫ੍ਰੈਂਚ ਚ ਭਵਿਕ ਨੂੰ ਕਿਵੇਂ ਦਰਸਾਉਣਾ ਹੈ ਕਿਵੇਂ ਭਵਿਕ ਨੂੰ ਇਸਤੇਮਾਲ ਕਰਨਾ ਹੈ ਉਹ ਆਪਾਂ ਕੁਝ ਚੀਜ਼ਾਂ ਇਸ ਪਾਠ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਸੈਪਟੰਬਰ ਲੈ ਜਿ ਆਪਾਂ ਦੇਖੀਏ ਵਰਤਨ ਫ੍ਰੈਂਚ ਭਾਸ਼ਾ ਵਿੱਚ ਦੋ ਤਰ੍ਹਾਂ ਦੇ ਫਿਊਚਰ ਹੁੰਦੇ ਨੇ ਦੋ ਤਰ੍ਹਾਂ ਦੇ ਭਵਿੱਖ ਕਾਲ ਹੁੰਦੇ ਨੇ ਇੱਕ ਜੋ ਕਿ ਆਪਾਂ ਜ਼ਿਆਦਾਤਰ ਇਸਤੇਮਾਲ ਕਰਦੇ ਹਾਂ ਬੋਲਣ ਲੱਗੇ ਉਹਨੂੰ ਆਪਾਂ ਕਹਿੰਦੇ ਆ ਫਿਊਚਰ ਪ੍ਰੋਚ ਫਿਊਚਰ ਪ੍ਰੋਚ ਜ਼ਿਆਦਾ ਕੋਈ ਔਖੀ ਚੀਜ਼ ਨਹੀਂ ਹੈ ਇਹ ਮੈਂ ਬਸ ਥੋੜੀ ਦੇਰ ਚੋਂ ਇਹ ਸਮਝ ਜਾਵਾਂਗੇ ਫਿਚਰ ਪ੍ਰੋਚ ਦਾ ਮਤਲਬ ਹੈ ਉਹ ਘਟਨਾਵਾਂ ਜੋ ਕਿ ਪੱਕੇ ਨਿਸ਼ਚਿਤ ਰੂਪ ਤੋਂ ਹੋਣ ਗਿਆ ਆਪਾਂ ਨੂੰ ਪੂਰੀ ਸ਼ੋਰਟ ਹੈ ਸਕਲ ਦੀ ਆਪਾਂ ਬਿਲਕੁਲ ਸ਼ੋਰ ਹੈ ਜਿਆ ਵੀ ਜਿਹੜੀ ਗੱਲ ਦੀ ਆਪਾਂ ਗੱਲ ਕਰ ਰਹੇ ਹਾਂ ਜਿਸ ਚੀਜ਼ ਬਾਰੇ ਆਪਾਂ ਬੋਲ ਰਹੇ ਹਾਂ ਉਹ ਹੋਣੀ ਹੀ ਹੋਣੀ ਹੈ ਉਹਨਾਂ ਨੂੰ ਦਰਸਾਉਣ ਵਾਸਤੇ ਫ੍ਰੈਂਚ ਚ ਆਪਾਂ ਇਸਤੇਮਾਲ ਕਰਦੇ ਹਾਂ ਫਿਚਰ ਪ੍ਰੋਚ ਤੇ ਇਸ ਪਾਰਟ ਚ ਆਪਾਂ ਤਰੀਕਾ ਵੀ ਸਿੱਖਾਂਗੇ ਕਿਵੇਂ ਬਣਾਉਣਾ ਹੈ ਪਰ ਉਸ ਤੋਂ ਪਹਿਲਾਂ ਇੱਕ ਜੋ ਜ਼ਰੂਰੀ ਚੀਜ਼ ਮੇਰੇ ਜ਼ਿਹਨ ਚ ਆ ਰਹੀ ਹੈ ਉਹ ਹੈ ਇੱਕ ਕਿਰਿਆ ਜਿਹਨੂੰ ਕਹਿੰਦੇ ਨੇ ਆਲੇ ਜੀ ਤੁਹਾਨੂੰ ਯਾਦ ਹੋਵੇ ਪਿਛਲੇ ਪਾਠ ਚ ਜੇ ਤੁਸੀਂ ਤੁਹਾਨੂੰ ਧਿਆਨ ਹੋਵੇ ਤੁਸੀਂ ਪੜਿਆ ਸੀਗਾ ਆਲੇ ਆਲੇ ਦਾ ਮਤਲਬ ਜਾਣਾ ਕਿਤੇ ਆਪਾਂ ਇੱਕ ਵਾਰੀ ਦੇਖ ਲੈਣੇ ਹਾਂ ਇਸ ਨੂੰ ਇਕੱਠੇ ਆਲੇ ਦਾ ਮਤਲਬ ਹੁੰਦਾ ਹੈ ਕਿਤੇ ਜਾਣਾ ਜਵੇਂ ਮੈਂ ਜਾ ਰਿਹਾ ਹਾਂ ਉਹ ਜਾ ਰਿਹਾ ਹੈ ਤੁਸੀਂ ਜਾ ਰਹੇ ਹੋ ਜੇ ਇੱਕ ਵਾਰੀ ਫ੍ਰੈਂਚ ਟੈਡੀ ਕੰਜੂਗੇਸ਼ਨ ਦੇਖੀਏ ਫ੍ਰੈਂਚਿਚ ਦੇਖੀਏ ਕਿ ਉਹ ਕਿਸ ਤਰ੍ਹਾਂ ਕਿਵੇਂ ਇਸਤੇਮਾਲ ਕਰਦੇ ਹਾਂ ਤਾਂ ਆਪਣੇ ਸਾਹਮਣੇ ਇੱਕ ਟੇਬਲ ਬਣ ਕੇ ਤਿਆਰ ਹੁੰਦਾ ਹੈ ਜਿਹਨੂੰ ਆਪਾਂ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਜੇ ਵੇ ਤੁਸੀਂ ਮੇਰੇ ਨਾਲ-ਨਾਲ ਬੋਲਣ ਦੀ ਕੋਸ਼ਿਸ਼ ਕਰੋ ਰਿਪੀਟ ਕਰੋ ਤੁਸੀਂ ਮੇਰੇ ਨਾਲ-ਨਾਲ ਜੇ ਵੇ ਮੈਂ ਜਾਣਾ ਹਾਂ ਜੇ ਵੇ ਆ ਲੇਕੋਲ ਜੇ ਵੇ ਆ ਲੇਕੋਲ ਮੈਂ ਸਕੂਲ ਜਾਣਾ ਹਾਂ Tu vas où? Tu vas où? Il n'y a pas que c'est de potes qui nous aident. Ton te dira Tu vas où? Je vais à l'école. Tu vas où? Il, c'est le mot anglais. Et elle, c'est le mot Il ou elle va au cinéma. Au cinéma, ça l'ya, hein? Ça l'li, hein?

ਪਰ ਜੇ ਉਹ ਬੰਦਾ ਤੁਹਾਡਾ ਜਾਣਕਾਰ ਨਹੀਂ ਹੈ ਮਤਲਬ ਤੁਹਾਡਾ ਰਿਸ਼ਤਾ ਉਸ ਨਾਲ ਫਾਰਮਲ ਹੈ ਜਾਂ ਫਿਰ کافی ਜਣੇ ਜਾ ਰਹੇ ਨਹੀਂ ਤਾਂ ਤੁਸੀਂ ਪੁੱਛੋਗੇ Vous allez où Vous allez où Vous allez où Il elle va au cinéma ਤੇ ਜੇ ਉਹ ਹੀ ਜ਼ਿਆਦਾ ਲੋਕ ਜਾ ਰਹੇ ਨੇ ਤਾਂ ਆਪਾਂ ਕਹਾਂਗੇ il ਐਸ ਲਗਾ ਕੇ ਪਰ ਇਹਦਾ ਉਚਾਰਨ ਨਹੀਂ ਬਦਲੇਗਾ ਸਿੰਗੂਲਰ ਵੀ ਇੱਕ ਹੈ ਇੱਕ ਵਚਨ ਵੀ ਇਲ ਹੈ ਤੇ ਬਹੁ ਵਚਨ ਵੀ ਇਲ ਹੈ ਜਿੱਥੋਂ ਤੱਕ ਉਚਾਰਨ ਦੀ ਗੱਲ ਹੈ ਇੱਕ ਵਚਨ ਵੀ ਐਲ ਹੈ ਤੇ ਬਹੁ ਵਚਨ ਵੀ ਐਲ ਹੀ ਉਚਾਰਿਆ ਜਾਏਗਾ ਐਲ ਵੋਂ ਓ ਸਿਨੇਮਾ ਐਲ ਵੋਂ ਓ ਸਿਨੇਮਾ ਵਾਲਾ ਇਲ ਵੋਂ ਓ ਸਿਨੇਮਾ ਐਲ ਵੋਂ ਓ ਸਿਨੇਮਾ ਤੇ ਹੁਣ ਜੇ ਤੁਸੀਂ ਦੇਖੋ ਇਹ ਆਲੇ ਕਿਰਿਆ ਦੇ

ils vont au cinéma. Elles vont au cinéma. Pour écrire des vacs vacroup, tu es pour et doit pas écrire un jeter arquitaire. On va parler de la conjugaison. La conjugaison. Tu as pas vu que les la conjugaison du verbe aller. La conjugaison du verbe aller. Tu es tombé. Un concept que tu as besoin de comprendre est important. जिन्होंने कहें आफी निचीफ आफि निचीफ का मतलब की जे तुम देखो मेरे को क्रिया आले तो वक्रे वक्रे रूप ने डिपेंडिंग अपॉन कि आप उस क्रिया में कि इस्तेमाल कर रहे हैं युद्ध आले बन गया वे क्यू आले बन गया वाह इल एल दे नाल आले बन गया वाह बिना एस तो जड़ा रूप है इस क्रिया का बिना किसी ਵਾਕ ਦੇ ਵਿੱਚ ਜੁੜੇ ਹੋਏ ਉਹਨੂੰ ਆਪਾਂ ਕਹਿ ਦਿੰਨੇ ਆ ਇਨਫਿਨਿਟਿਵ 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 ਜਿਵੇਂ ਕਿ ਆਪਾਂ ਵੇਖਿਆ ਸੀਗਾ ਪਿੱਛੇ ਜੇ ਮੇਰੇ ਪਿਛਲੇ ਪਾਠ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਜੇਫਾਂ ਜੇਫਾਂ ਹੁਣ ਜੋਦਨਲ ਦੇ ਕਿਰਿਆ ਯੂਜ਼ ਹੋ ਰਹੀ ਹੈ ਇਹਦਾ ਇਸ ਕਿਰਿਆ ਦਾ ਮੂਲ ਰੂਪ ਕੀ ਹੈ इस क्रिया मूल रूप है अफवाह तो अफवाह नीचिफ आफी निचि तो किसी भी क्रिया के मूल रूप में आपी निचिफ कहे ये जो दो गल जो थो समझ आ गई होते हैं फ्यूचु समझा अगे वे हाँ मैं थोड़े तो कुछ वाक लिख के रखे ने अपा अगले पेज त चले जाए बिल्कुल Il va rentrer demain. Il va rentrer demain. Il va rentrer demain. Il va que demain. Je dit partir Je vais partir après le dîner. Je le partir après le dîner. Mais va rentrer tu Je dit partir nous allons rester pour le concert. Nous allons rester pour le concert. ainsi concert va rester On va aller au ciné ce week-end. On va aller au ciné ce week-end. Et dans ma club, simple On va aller, asi jamange, au ciné, cinéma car ce week-end. ਵਾਕਾਨੂੰ ਮੈਂ ਚਾਹੂੰਗਾ ਕਿ ਤੁਸੀਂ ਇੱਕ ਵਾਰੀ ਧਿਆਨ ਨਾਲ ਵੇਖੋ ਤੇ ਜੋ ਜੋ ਮੈਂ ਚੀਜ਼ਾਂ ਉਰੇ ਲਿਖਿਆ ਹੋਇਆ ਨੇ ਤੁਸੀਂ ਇਹਨਾਂ ਨੂੰ ਨੋਟ ਕਰੋ les éléments qui indiquent le futur les éléments qui indiquent le futur ਇਹਨਾਂ ਚਾਰੋਂ ਵਾਕਾਂ 'ਚ ਉਹ ਕਿਹੜੇ-ਕਿਹੜੇ ਸ਼ਬਦ ਨੇ ਜਿਨ੍ਹਾਂ ਤੋਂ ਆਪਾਂ ਨੂੰ ਫਿਊਚਰ ਦਾ ਅਨੁਮਾਨ ਲੱਗਦਾ ਹੈ ਜਿਵੇਂ ਆਪਾਂ ਦੇਖੀਏ il va rentrer demain ਸੋਟ ਕੇ ਦੱਸੋ ਕਿਹੜਾ ਉਹ ਸ਼ਬਦ ਹੈ ਜੋ ਕਿ ਆਪਾਂ ਨੂੰ

हो चुका है अजे होना है कि हो रहा है पूरा वाक्य है जो वे पखती अपे ल दिने जो वे पखती अपे ल दिने दिने अंग्रेजी सेम लफ्ज यूज हों दिने मतलब डिनर रात का खाना तो अपे मतलब बाद विच तो बाद विच मतलब चीज है हले होनी है ता जो शब्द सानू दिखा रहा है फ्यूचर वो है Après le dîner. Après le dîner. Aglevakval. Nous allons rester pour le concert. Nous allons rester pour le concert. Ainsi, concert les Rokangi. Diapan Soniet, Tahasanopatae, qui a dit nihe concert. तो यह जो पूरा आइडिया है यह अजय होना है पर इस तरह कोई एक शब्द नहीं है जो सू दर्शा सके भी फ्यूचर च है अगले वाक वाल चलते हैं उवा आले उवा आले इस वाक विच होना है अस कद जावे सु कहद सो जर्ड जहरा शब्द सू दिखा रहा है कि यह गल फ्यूचर द है मतलब भविख की है वह है

Nous allons rester pour le concert. Action est où rukanda Ruanda. concert concertly rukange Nous allons rester pour le concert. Action voya pna? Rester. Nous allons rester pour le concert. Quotava kvietin. On va aller au cinéma. Aller maintenant? Quitte Jana. Des jo action voya où est? Aller. ਹੁਣ ਆਪਾਂ ਜੇ ਇਹਨਾਂ ਚਾਰੇ ਐਕਸ਼ਨਸ ਨੂੰ ਅਬਜ਼ਰਵ ਕਰੀਏ ਇਹਨਾਂ ਤੇ ਇੱਕ ਨਿਗਾਹ ਮਾਰੀਏ ਆਪਾਂ ਨੂੰ ਸਮਝ ਆਊਗਾ ਮੈਂ ਤੁਹਾਡੇ ਤੇ ਇੱਕ ਸਵਾਲ ਪੁੱਛਦਾ ਜਿਹੜੇ ਇਹ ਐਕਸ਼ਨਸ ਨੇ ਇਹਨਾਂ ਦਾ ਕਿਹੜਾ ਰੂਪ ਲਿਖਿਆ ਹੋਇਆ ਹੈ ਇਹਨਾਂ ਵਾਕਾਂ ਵਿੱਚ ਮੂਲ ਰੂਪ ਲਿਖਿਆ ਹੋਇਆ ਹੈ ਕਿ ਦੂਜਾ ਜਪਾ ਕੰਜੂਗੇਸ਼ਨ 'ਚ ਇਸਤੇਮਾਲ ਕਰਦੇ ਹਨ ਉਹ ਲਿਖਿਆ ਹੋਇਆ ਹੈ ਕੀ ਤੁਹਾਨੂੰ ਇਨਫਿਨਿਟਿਵ ਦੇ ਕਿਰਿਆ ਹੈ ਇਹਨਾਂ ਵਾਕਾਂ 'ਚ ਜ਼ਾਹਿਰ ਜੀ ਗੱਲ ਹੈ ਬਿਲਕੁਲ ਕਿਉਂਕਿ ਆਪਾਂ ਨੂੰ ਦਿਖ ਰਿਹਾ ਹੈ ਪੂਰਾ ਜੋ ਪੂਰੀ ਕਿਰਿਆ ਹੈ ਰੋਂਥੇ ਪੂਰਾ ਲਿਖਿਆ ਹੋਇਆ ਹੈ ਵਖਤਿਰ ਦਾ ਮੂਲ ਰੂਪ ਲਿਖਿਆ ਹੋਇਆ ਹੈ ਖੈਸਤੇ ਦਾ ਵੀ ਮੂਲ ਰੂਪ ਲਿਖਿਆ ਹੋਇਆ ਹੈ ਤੇ आले ਦਾ ਤੇ ਜਿਹੜੇ ਜਿਹੜੇ ਐਕਸ਼ਨ ਮੇਨ ਦਰਸਾਏ ਗਏ ਨੇ ਨਚਾਰ ਵਕਨ ਚ ਉਹਨਾਂ ਦਾ ਮੂਲ ਰੂਪ ਲਿਖਿਆ ਗਿਆ ਹੈ ਤੇ ਆਪਾਂ ਲਿਖਾਂਗੇ ਵੀ ਜਿਹੜੇ ਸ਼ਬਦ ਆਪਾਂ ਨੂੰ ਐਕਸ਼ਨ ਦਰਸਾਉਂਦੇ ਨੇ ਉਹ ਆ ਲੰਫਿਨਿਟਿਫ ਨੇ ਲੰਫਿਨਿਟਿਫ

कैसे तो पहला आता है आलू, आले तो पहला आता है वाह जे थानू तो अपना है उत्ते टेबल याद हो वे। ए जो सारे रूप ने यह आले के रूप ने तीख तो सकते हो इलवा नुजालो ऊवा यह सारे आले दे वक्रे वक्रे रूप ने तो अक्सों तो पहला कि शब्द आता है आले ਦਾ ਇੱਕ ਰੂਪ ਆਉਂਦਾ ਹੈ ਤੇ ਹੁਣ ਇਹਨਾਂ ਵਾਕਾਂ ਦੇ ਹਿਸਾਬ ਨਾਲ ਜੇ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਰੂਲ ਤਿਆਰ ਕਰੀਏ ਜੋ ਕਿ ਆਪਾਂ ਹਰ ਜਗ੍ਹਾ ਤੇ ਲਗਾ ਸਕੀਏ ਤਾਂ ਇੱਕ ਵਾਰੀ ਆਪਾਂ ਦੁਬਾਰਾ ਦੇਖ ਲੈਨੇ ਇਹਨਾਂ ਵਾਕਾਂ ਨੂੰ ਇੱਕ ਵਾਰੀ ਸਮਝਣ ਲਈ ਅੱਛੀ ਤਰ੍ਹਾਂ ਤੇ ਆਪਾਂ ਫਿਰ ਆਪਣਾ ਰੂਲ ਵੀ ਤਿਆਰ ਕਰ ਲਾਂਗੇ ਆਓ ਜੀ ਦੁਬਾਰਾ ਦੇਖਦੇ ਹਾਂ ਰੂਲ ਨਿਯਮ जिमें होंगे है हरेक व्याकरण रूल नियम फ्रेंच कहें ला कैले लाईसी उरे अपना नियम की हो सकता है आप इल, नू, ओ सारे जड़े वाक ने शुरू हो रहे हैं इल नू या ओ न मतलब ਇਹ ਜੇ ਸ਼ਬਦਨਾ ਜੋ ਕਿ ਆਪਾਂ ਨੂੰ ਇੰਡੀਕੇਟ ਕਰੇਗਾ ਵੀ ਇਹ ਜੋ ਐਕਸ਼ਨ ਹੈ ਉਹ ਕਰ ਕੌਣ ਰਿਹਾ ਹੈ ਐਕਸ਼ਨ ਕਰ ਕੌਣ ਰਿਹਾ ਹੈ ਮੈਂ ਕਰ ਰਿਹਾ ਹਾਂ ਤੁਸੀਂ ਕਰ ਰਹੇ ਹੋ ਗਵਾਂਡੀ ਦਾ ਮੁੰਡਾ ਕਰ ਰਿਹਾ ਹੈ ਕੌਣ ਕਰ ਰਿਹਾ ਐਕਸ਼ਨ ਤੇ ਉਹਨੂੰ ਆਪਾਂ ਇੱਕ ਲਫ਼ਜ਼ ਦੇ ਦਿੰਨੇ ਆ ਵਿਆਕਰਣ ਵਿੱਚ ਉਹਨੂੰ ਆਪਾਂ ਕਹਿੰਦੇ ਆ ਸਿਜੇ ਸਿਜੇ ਤਾਂ ਜਿਹੜੇ ਵੀ ਤੁਸੀਂ ਕੋਸ਼ਿਸ਼ ਕਿਸੋਂ ਦੇ ਟੇਬਲ ਵੇਖਦੇ ਹੋ ਜੇ ਤੂ ਇਲ ਐ ਉਹ ਸਾਰੇ ਹੁੰਦੇ ਨੇ ਸਿਜੇ ਸਿਜੇ ਤੋਂ ਬਾਅਦ ਕੀ ਕਿਹੜਾ ਸ਼ਬਦ ਆਉਂਦਾ ਹੈ ਹਰ ਕੇਸ ਤੁਸੀਂ ਵੇਖ ਲਓ ਆਲੇ ਦਾ ਇੱਕ ਰੂਪ ਆਉਂਦਾ ਹੈ ਆਲੇ ਦਾ ਰੂਪ ਆਉਂਦਾ ਹੈ ਬਿਲਕੁਲ ਤੇ ਆਲੇ ਆਪਾਂ ਕੌਨਜੂਗੇਟ ਕਰਨਾ ਹੈ ਕੌਨਜੂਗੇਟ ਕੌਨਜੂਗੇ ਕਿ ਵੀ ਜੇ ਜਹ ਹੇ ਤਾਂ ਜਵੇ ਲਿਖਾਂਗੇ ਨੂੰ ਹੇ ਤਾਂ ਨੂੰ ਜ਼ਲ ਲਿਖਾਂਗੇ ਉਸ ਤੋਂ ਬਾਅਦ ਕੀ ਹੁੰਦਾ ਹੈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆਉਂਦਾ ਐਕਸ਼ਨ ਜਿਹੜੀ ਮੇਨ ਕਿਰਿਆ ਹੈ ਉਹ ਹੁੰਦੀ ਹੈ ਕਿ ਉਹ ਕੌਨਜੂਗੇ ਹੈ ਕਿ ਉਹ ਇਨਫਿਨੀਟਿਫ समझ गए मूल रूप आप लिखते हैं मूल रूप आँफिनिटीफ। आँफिनिटीफ। ते जी ए तो हो गया तो देखने लिए कि आप चीज समझ आई है कि नहीं एक छोटी जी एक्सरसाइज करके वेखते हैं आओ

ਕਰਤਾ ਕੌਣ ਹੈ ਕੌਣ ਕਰ ਰਿਹਾ ਹੈ ਐਕਸ਼ਨ ਖਾਨ ਦਾ ਜਿਹੜਾ ਇੱਕ ਹੈ ਨਾ ਉਹ ਕੌਣ ਕਰ ਰਿਹਾ ਹੈ ਉਹ ਜ ਕਰ ਰਿਹਾ ਹੈ ਬਿਲਕੁਲ ਜੀ ਤੇ ਜ ਤੇ ਕਿਰਿਆ ਦੇ ਵਿੱਚ ਆਉਣਾ ਹੈ ਆਲੇ ਆਲੇ ਜੋ ਦੇ ਨਾਲ ਹੁੰਦਾ ਹੈ ਵੇ ਜ ਵੇ ਮੰਗੇ ਜ ਵੇ ਮੰਗੇ ਬਿਲਕੁਲ ਜੀ ਅਧਿਵਾਦ ਇਹ ਦੂਜਾ ਉਦਾਹਰਣ ਵੇਖਣ ਤੋਂ ਪਹਿਲਾਂ ਆਪਾਂ ਇਹਦਾ ਇੱਕ ਹੋਰ ਸੌਖਾ ਵਰਜ਼ਨ ਟਰਾਈ ਕਰ ਲੈਨੇ ਆ ਥਿਉ ਦੋਰ ਥਿਉ ਦੋਰ ਦਾਖ ਮਤਲਬ ਸੋਣਾ ਦਾਖ ਮਤਲਬ ਸੋਣਾ ਕਿਉਂ ਦਾਖ ਕੰਜੂਗੇਟਿਡ ਫਾਰਮ ਹੈ ਤੇ ਇਹਦਾ ਮੂਲ ਰੂਪ ਹੁੰਦਾ ਹੈ ਦਰਮੀਰ ਦਰਮੀਰ ਕਰਤਾ ਕੀ ਹੈ ਉਰੇ ਥੂ ਤੇ ਕਰਤਾ ਤੇ ਮੇਨ ਐਕਸ਼ਨ ਦੇ ਵਿੱਚ ਆਉਣਾ ਹੈ ਆਲੇ ਥੂ ਵਾ ਦਰਮੀਰ ਥੂ ਵਾ ਦਰਮੀਰ ਤੇ ਐਸੇ ਹੀ ਵਾਕ ਨੂੰ ਜੇ ਮੈਂ

Tu dors, tu vas dormir. Tu ne dors pas, tu ne vas pas dormir. Elle ne vient pas, elle ne va pas venir. Elle ne va pas venir. qui ce qu'on to un agli que Mais attends, non. Mon fils, mon fils, surtout mon fils n'a pas de club, bêta. Mon fils étudie, pardon, mon fils étudie la médecine. Mon fils étudie la médecine. Il devenir médecin. Maintenant, nous venons de devenir médecin. médecin. Médecin, docteur, Devenir, est-ce que tu as des matelas qui ont d'ailleurs, coach Banna,

वो मतलब ट्रैवल करना घूमना फिरना ये वो ते जो तीसरा वाक है वह मैं नहीं करूँगा तो तुम अपने आप कोशिश करके इस हिंट भी नहीं दिता बहुत सारे उत्तर जो हैं वह मुमकिन हैं इत मैं चाहूँगा कि तुम इनू कमेंट्स आंसर पाओ अपना ਤੇ ਕੋਈ ਇੱਕ ਸਹੀ ਜਵਾਬ ਨਹੀਂ ਹੈ ਬਹੁਤ سارے ਸਹੀ ਜਵਾਬ ਹੋ ਸਕਦੇ ਨੇ ਇਸ ਵਾਕ ਦੇ ਵਾਕ ਨੂੰ ਕੋਈ ਸਮਝ ਲੈਣੇ ਹਾਂ ਪੌਲ ਫੈਟ ਸੋਨ ਅਨਿਵਰਸੇਰ ਲਾ ਸੈਮੈਨ ਪ੍ਰੋਸ਼ੇਨ ਲਾ ਸੈਮੈਨ ਪ੍ਰੋਸ਼ੇਨ ਦਾ ਮਤਲਬ ਕੀ ਹੁੰਦਾ ਹੈ ਜੀ ਲਾ ਸੈਮੈਨ ਪ੍ਰੋਸ਼ੇਨ ਸੈਮੈਨ ਹਫਤਾ ਪ੍ਰੋਸ਼ੇਨ ਅਗਲਾ ਲਾ ਸੈਮੈਨ ਪ੍ਰੋਸ਼ੇਨ ਅਗਲਾ ਹਫਤਾ ਪੌਲ ਇੱਕ ਮੁੰਡੇ ਦਾ ਨਾਮ ਹੈ ਫੈਟ ਸੋਨ ਅਨਿਵਰਸੇਰ ਉਹ ਆਪਣਾ ਜਨਮ ਦਿਨ ਮਨਾ ਰਿਹਾ ਹੈ ਪੌਲ ਫੈਟ ਸਨ ਅਨਿਵਰਸਰੀ ਕਦੋਂ ਮਨਾ ਰਿਹਾ ਹੈ ਲਖਮਨ ਖੁਸ਼ ਹੈ ਤੇ ਉਸ ਚ ਜੋ ਇਸ ਵਾਕ ਨੂੰ ਪੂਰਾ ਕਰੋ ਤੇ ਸਾਨੂੰ ਕਮੈਂਟ ਚ ਉੱਤਰ ਦਿਓ ਸਾਨੂੰ ਤੁਹਾਡੇ ਉੱਤਰ ਪੜ੍ਹ ਕੇ ਬਹੁਤ ਖੁਸ਼ੀ ਹੋਵੇਗੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਸਵਾਲ ਹਨ ਕੁਝ ਪਰੇਸ਼ਾਨੀ ਹੈ ਡਾਊਟਸ ਨੇ ਪਲੀਜ਼ हिचकिਚਾਣਾ ਨਹੀਂ ਫੀਲ ਫਰੀ ਆਪਣੇ ਕਮੈਂਟਸ ਸ਼ੇਅਰ ਕਰੋ ਸਾਡੇ ਨਾਲ ਤੇ ਸਾਨੂੰ ਖੁਸ਼ੀ ਹੋਵੇਗੀ ਤੁਹਾਡੀ ਇਸ ਸਫਰ ਚ ਮਦਦ ਕਰਕੇ ਆਪ ਜੀ ਦਾ ਇੱਕ ਵਾਰ ਫੇਰ ਧੰਨਵਾਦ ਜਲਦੀ ਹੀ ਮਿਲਾਂਗੇ ਅਗਲੇ ਵੀਡੀਓ ਲਈ ਕਲਿਆਣ এডਿਕੇਸ਼ਨ ਵੱਲੋਂ ਧੰਨਵਾਦ